ऑडिट ब्रांच का प्यासी की गल कर रहा मैं प्यासी किस मसले को लेकर इतने इकट्ठे हुए हैं तो ये सरकार का जिहड़ा विरोध कर रहे हैं और किहड़ियां मंगां ने जिहड़ियां सरकार अगे रख रहे हैं। भाई साहब जी सब तो पहला स्वागत आदि दीवदम टीवी तुहाडा बहुत बहुत धन्यवाद जी जो साडे इस धरने की तुसीं कवरेज कर रहे हो। मैं तुहानूं दसना चाहांगा कि जिहड़ा धरना कल्ला मोगे च नहीं पूरे पंजाब चल रहा है जी। इस साडियां मंगां दा काफ़ी समय तो पेंडिंग सीगियां परंतु जी सरकार नूं काफ़ी समा देण तो बाद जो संघर्ष है 21 तरीक तो शुरू किया जी 21 जून तो जी पिछले महीने तो असीं सरकार नूं काफ़ी बेनतियां कीतियां जो अपने कोल एक डेमोक्रेटिक वे च तरीके हुंदे ने धरना देना वो असीं अपना रहे पर सरकार जो सिर्फ शो कर रही है सुती पई पर अंदरों तो हिली पई है जी। तो जे मुख मंगां ने जो साडियां मैं तुहानूं जे शॉर्ट च दसना चाहवां तो एक साड़ी सब तो पहली मुख मंग है नवीं भर्ती जी। पटवार सारा खाली होया वा 4700 पोस्टां सिर्फ 1900 पटवारी काम कर रहे जी। लोग हो रहे हैं परेशान 8400 पिंडा का काम बंद पिया 13500 पिंड ने पंजाब 8400 पिंडा का काम बंद पिया तो सरकार उलझी पई है सिद्धू मनिया कि नहीं कैप्टन मनिया कि नहीं वो उलझे पे ने। उस तो बाद मंग है 2016 एक भर्ती की गई सी पटवारियों की 1227 पटवारी कुछ तो ਘਰੋਂ ਚਲੋ ਸਹਿੰਦੇ ਕਰਦੇ ਸੀਗੇ ਉਹਨਾਂ ਨੂੰ ਨੌਕਰੀ ਦੀ ਇੰਨੀ ਖਾਸ ਲੋੜ ਨਹੀਂ ਸੀ ਉਹ ਔਖੇ ਹੋ ਕੇ 400 ਬੰਦੇ ਤਾਂ ਛੱਡ ਗਏ ਔਰ ਪਰ ਸਾਡੇ ਇਹ ਜੋ ਸਾਥੀ ਜਿਹੜੇ ਨਹੀਂ ਜਿਹਨਾਂ ਦੀ ਮਜਬੂਰੀ ਆ ਨੌਕਰੀ ਕਰਨਾ ਉਹਨਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ 10000 ਰੁਪਇਆ ਦੇ ਕੇ 5 ਸਾਲ ਤੋਂ ਅਸੀਂ 10000 ਤੇ ਕੰਮ ਕਰ ਰਹੇ ਹਾਂ ਉਸ ਵਿੱਚੋਂ 1.5 ਸਾਲ ਅਸੀਂ ਸਿਰਫ 5000 ਤੇ ਕੰਮ ਕੀਤਾ 6 ਮਹੀਨੇ ਚੋਣ ਜਾਬਤਾ ਲੱਗ ਗਿਆ ਬਿਨਾਂ ਤਨਖਾਹ ਤੋਂ ਕੰਮ ਕੀਤਾ ਜੇ ਆਪਾਂ ਮੋਟਾ ਮੋਟਾ ਅੰਦਾਜ਼ਾ ਲਾਈਏ ਤਾਂ 15-16 ਲੱਖ ਰੁਪਇਆ ਸਰਕਾਰ ਸਾਡਾ ਖਾ ਚੁੱਕੀ ਹੈ ਜੀ। ਤਾਂ ਅਸੀਂ ਜੇ ਇਹ ਕਹੀਏ ਵੀ ਅਸੀਂ 16 ਲੱਖ ਦੇ ਕੇ ਲੱਗੇ ਹਾਂ ਤਾਂ ਗਲਤ ਨਹੀਂ ਹੋਏਗਾ। ਡਿਗਰੀਆਂ ਕਰੋ ਪੇਪਰ ਕੱਢੋ ਉਸ ਤੋਂ ਬਾਅਦ ਤਨਖਾਹ ਵਾਲਿਆਂ ਮੂੰਹ ਵੱਲ ਚੱਕੀ ਜਾਓ ਤਾਂ ਬਹੁਤ ਹੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਜੇ ਸਰਕਾਰ ਨਾ ਮੰਨੀ ਉਸ ਤੋਂ ਬਾਅਦ ਸੰਪੂਰਨ ਕੰਮ ਬੰਦ ਕਰਨ ਦੀ ਨੌਬਤ ਆ ਸਕਦੀ ਹੈ। ਜਿਵੇਂ ਤੁਹਾਨੂੰ ਲੱਗਦਾ ਨਾ ਜਿਵੇਂ ਕਿਸਾਨ ਵੀ ਬੈਠੇ ਹੋਏ ਨੇ ਕਈ ਮਹੀਨੇ ਹੋ ਗਏ ਤੇ ਤੁਹਾਡੇ ਥੋੜੇ ਸਮੇਂ ਦੇ ਵਿੱਚ ਕੀ ਸਰਕਾਰ ਤੁਹਾਡੀਆਂ ਮੰਗਾਂ ਮੰਨ ਸਕਦੀ ਹੈ ਸਮੇਂ ਦੀ ਗੱਲ ਕਰੀਏ ਤਾਂ ਜੀ ਸਾਡਾ ਇੱਕ ਤਰੀਕਾ ਹੁੰਦਾ ਵਾ ਵੀ ਪਹਿਲਾਂ ਅੰਦਰ ਖਾਤੇ ਚੱਲਦਾ ਰਹਿੰਦਾ ਅੰਦਰ ਖਾਤਾ ਮੀਨਸ ਵੀ ਕਾਗਜ਼ੀ ਪੱਤਰੀ ਕਾਰਵਾਈ ਨੂੰ ਆਪਾਂ ਕਹਿੰਦੇ ਰੈੱਡ ਟੇਪਿਜ਼ਮ ਜੋ ਚੱਲਦੀ ਹੈ ਉਹ ਪ੍ਰੋਸੈਸ ਚੱਲਦਾ ਰਹਿੰਦਾ ਸਾਨੂੰ ਕਿਹਾ ਜਾਂਦਾ ਵੀ ਕੋਈ ਨਹੀਂ ਕਰ ਲਾਂਗੇ ਸਾਡੇ ਕੋਲ ਕੋਈ ਚਾਰਾ ਨਹੀਂ ਬਚਦਾ ਜੀ ਜਦੋਂ ਇੱਕ ਸਾਡੇ ਚੁਣੇ ਹੋਏ ਲੀਡਰ ਕਹਿ ਲਓ ਜਾਂ ਅਫਸਰ ਸਾਹਿਬਾਨ ਜਦੋਂ ਕਹਿੰਦੇ ਨੇ ਤਾਂ ਸਾਡਾ ਇਹ ਫਰਜ਼ ਬਣਦਾ ਉਹਨਾਂ 'ਤੇ ਯਕੀਨ ਕਰਨਾ ਜੀ ਉਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਜੇ ਆਪਾਂ ਯਕੀਨ ਨਾ ਕਰੀਏ ਪਹਿਲਾਂ ਪੂਰਾ ਸਮਾਂ ਦਿੱਤਾ ਗਿਆ ਜੀ ਉਹਨਾਂ ਨੂੰ ਜਿਹੜੀ ਕਿਸਾਨੀ ਅੰਦੋਲਨ ਦੀ ਗੱਲ ਹੈ ਜੀ ਇਹ ਅੰਦੋਲਨ ਸਾਰੇ ਆਪਾਂ ਨੂੰ ਹੁਣ ਤਾਂ ਸਟੇਜ 'ਤੇ ਰਲ ਕੇ ਆਉਣਾ ਪਏਗਾ ਜੀ। ਪੰਜਾਬ ਵਿੱਚ ਹਾਲਾਤ ਇੱਦਾਂ ਦੇ ਬਣ ਗਏ ਨੇ ਕਿ ਧਰਨੇ ਦੇਣ ਨੂੰ ਜਗ੍ਹਾ ਘੱਟ ਪੈ ਰਹੀ ਹੈ ਜੇ ਇੱਥੇ ਕਈ ਮੁਲਾਜ਼ਮ ਨੂੰ ਧਰਨਾ ਦੇਣਾ ਪੈ ਜੇ ਸਾਨੂੰ ਇੱਕ ਦੂਜੇ ਨਾਲ ਉਹ ਕਰਨਾ ਪੈਂਦਾ ਵੀ ਅੱਜ ਅਸੀਂ ਕਰ ਲੈਣੇ ਤੁਸੀਂ ਪਾਸੇ 'ਤੇ ਬਹਿ ਜਾਓ। ਕਿਹੜਾ ਮਹਿਕਮਾ ਜਿਹੜਾ ਧਰਨਾ ਨਹੀਂ ਦੇ ਰਿਹਾ ਪੰਜਾਬ ਦੇ ਵਿੱਚ ਕਿਹੜਾ ਮਹਿਕਮਾ ਇੱਕ ਮਹਿਕਮਾ ਜਿਹੜਾ ਧਰਨੇ ਨਹੀਂ ਦੇ ਰਿਹਾ? ਇੱਕ ਮਹਿਕਮਾ ਜੀ ਜਿਹੜਾ ਆਪਣਾ ਲੀਡਰ ਸ਼ਾਹੀ ਨੇ ਉਹਨੂੰ ਮਹਿਕਮਾ ਮੰਨ ਲਓ ਜਿਹੜੀ ਪੋਸਟਾਂ ਨਿਕਲਦੀਆਂ ਹੁੰਦੀਆਂ ਇਹਨਾਂ ਦੀਆਂ ਹਰੇਕ 117 ਪੋਸਟਾਂ ਨਿਕਲਦੀਆਂ ਨੇ ਜੀ ਹੁਣ ਕੁਆਲੀਫਿਕੇਸ਼ਨ ਕੀ ਚਾਹੀਦੀ ਆ ਕੋਈ ਚੱਕਰ ਨਹੀਂ ਤੁਸੀਂ ਅਨਪੜ੍ਹ ਹੋ ਕੋਈ 5 ਪੜ੍ਹੇ ਹੋ ਨਹੀਂ ਪੜ੍ਹੇ ਹੋ ਕੋਈ ਚੱਕਰ ਨਹੀਂ ਭੱਤੇ ਸਭ ਤੋਂ ਜ਼ਿਆਦਾ ਕੋਈ ਇਹਨਾਂ ਦਾ ਪ੍ਰੋਬੇਸ਼ਨ ਪੀਰੀਅਡ ਨਹੀਂ ਪੈਨਸ਼ਨਾਂ ਵੀ ਇਹਨਾਂ ਨੂੰ ਅਤੇ ਉਹੀ ਇੱਕ ਮਹਿਕਮਾ ਹੈ ਜਿਹੜਾ ਨਹੀਂ ਬੈਠਾ ਬਾਕੀ ਤਾਂ ਬੈਠੇ ਨੇ ਜੀ। ਜੇ ਤੁਹਾਨੂੰ ਇੱਥੋਂ ਇਹਨਾਂ ਨੇ ਸਰਕਾਰ ਨੇ ਠਾਉਣਾ ਹੋਵੇ ਤੁਹਾਡਾ ਜਿਹੜਾ ਧਰਨਾ ਖੰਡਰ ਕਰਨਾ ਹੋਵੇ ਭਜਾਉਣਾ ਹੋਵੇ ਤੁਹਾਨੂੰ ਤਾਂ ਕਿਸ ਦਾ ਸਹਾਰਾ ਲੈਣਗੇ? ਇਹ ਸਹਾਰਾ ਲੈਣਗੇ ਜੀ ਪੁਲਿਸ ਦਾ। ਠੀਕ ਆ ਜੀ, ਪੁਲਿਸ ਨੂੰ ਤਨਖਾਹ ਵੀ ਟਾਈਮ 'ਤੇ ਪੈਂਦੀ ਹੈ, ਤੁਸੀਂ ਹਰੇਕ ਵਾਰੀ ਦੇਖੋ 5 ਸਾਲ ਬਾਅਦ ਤੁਸੀਂ ਨੋਟੀਫਿਕੇਸ਼ਨਾਂ ਸ਼ੁਰੂ ਹੋ ਜਾਂਦੀਆਂ। ਪੁਲਿਸ 'ਚ ਇੰਨੀ ਭਰਤੀ ਜੀ, ਲੇਡੀਜ਼ ਡਿਪਾਰਟਮੈਂਟ ਇੰਨੀ ਭਰਤੀ ਜੀ, CID ਵਾਲਿਆਂ ਦੀ ਇੰਨੀ ਭਰਤੀ ਜੀ, ਉਹਨਾਂ ਨੂੰ ਪਤਾ ਵੀ ਡੰਡੇ ਦੀ ਲੋੜ ਹੈ। ਅਤੇ ਦੇਖੋ ਜੀ ਉਹ ਸਮੇਂ ਹੁਣ ਨਹੀਂ ਰਹੇ, ਲੋਕ ਜਾਗਰੂਕ ਹੋ ਗਏ ਨੇ, ਕਿਸਾਨੀ ਅੰਦੋਲਨ ਦਾ ਬਹੁਤ ਵੱਡਾ ਯੋਗਦਾਨ ਹੈ, ਉਹਨਾਂ ਨੇ ਸਭ ਨੂੰ ਹੁਲਾਰਾ ਦਿੱਤਾ ਜੀ।
उन्होंने वेख के उन्होंने सिर वेख के सबनों हौसला मिलया भी जे जिन्होंने असं अनपढ़ कहें जे वो बंदे आपके संसद ला के बैठे ने तो सानू असी तो पढ़े लिखिया चाहे है ना सो कॉल्ड पढ़े लिखिया चे जे उन्होंने आपके हकों का पता तो असी बेवकूफ तो नहीं बैठे जी उन्होंने वेख के सू हौसला मिलया तो हरेक मुलाजम हरेक तबका हरेक तरह से जी यूनियन संघर्ष से बैठी है जी की मांग करते हो इस वक्त सरकार को भी जल्दी तो जल्दी जहाँ रखी जा देखो मंगा जो आप डिफरेंशिएट करना पै जाए पहली दूजी तो औखा हो जाता है परंतु जो मैं गल करा सब तो पहली मंग है कि जो 1227 पटवारी भर्ती किए हैं उन्होंने उन्होंने बनती तनखा दी जाए उन्होंने हक कोई सानू भीख नहीं चाहिए ना भीख मंग रहे हैं सानू पहला 65,000 जवाक चो लड़के असी बच्चों ने जो तो असं बच्चे से पेपर दे गए 65,000 चो 1200 सिलेक्ट होंगे जी उस तो बाद सानू ट्रेनिंग देंगे ने जी फिर साढ़े तो 13 टेस्ट लेंदे ने 13 पेपर क्लीयर करते हैं वो इन्ना कुछ क्लीयर करके तो तनखा देनी 5,000 रुपया 10,000 रुपया जी तो फिर तो जो खबर मोटी करके ला दें हो भी पटवारी आ लेंदा फड़या गया वो लेंदा फड़या गया जिम्मेवार कौन है जी सब तो शुरुआत कौन करता है ये सरकार करती है साढ़े 15-16 लाख रुपया खा गए ने तो बंदा किधर जाऊगा पटवारी महकमा जो सब तो ज़्यादा बदनाम है रिश्वत लैन में तुहानू भी शायद इस गल का पता होना पटवारी महकमा सब तो ज़्यादा बदनाम है रिश्वत लैना पंजाब पुलिस भी हैगी है पर वो ये बराबर दे मन्ना जा सकता की कारण मानते हो तुसी कारण तुहानू मैं जो पिछले 5 मिनट च बोलिया जी कारण ही यह आ जे आप गल करिए पहली गल तो मैं इस चीज़ को नहीं अक्सैप्ट करता कि यह करप्ट ने जी हरेक महकमे कोई बंदा करप्ट हों कोई नहीं हों पर महकमे में जो कह दिए भी महकमा करप्ट है वो थोड़ा जहा गलत हो जाता जी हरेक महकमे थोड़ा चंगे इंसान भी मिलने माड़े भी मिलने जी जे बाकी करप्शन की गल करिए हूँ तुम मैं सिंपल सवाल पूछदा जी मैं फिरोजपुर तो आना मेरी तनखा 10,000 है जे मैं बस से भी आवं ठीक है तो फिर मैं कला तनखा आने जाने वास्ते लेनी है जी मैं घर नहीं पालना आपका फिर मैं मजबूरी बस जो कोई बंदा इस राह पऊगा तो उन्होंने आप कह सकते हैं जी बिल्कुल बिल्कुल बहुत वधिया जे गैंगस्टर की गल करते हैं आपां ते गैंगस्टर जिहड़े ने इदां ही पैदा होए ने सरकारां ही उन्होंने पैदा कर दियां ने जे ये बच्चे पढ़ लिख के सरकार का ही काम करना चाहते हैं तो सरकार को चाहिए उन्हों का बनता पत्ता उन्होंने बनती सरकार तनखाह जिहड़ी आ सरकार उन्होंने देवे तुसीं देख रहे हो दीपदमन टीवी चैनल वाहिगुरू जी का खालसा वाहिगुरू जी की फतह।